बार नू जिंदा लग गया वै मैं बार च खड़ूंगा ठीक है ठीक है तू कंध टप जाना ते पूरा मोटा मोटा समान लेके ठीक है भाई बेफिक्र हो जा मैं लेऊंगा ठीक है ना एवें ना हो समान पीछे भजा फिर पूरा मोटा मोटा ठीक है हाँ टप जा कर चल चल मैं बार च खड़ा हूँगा बेफिक्र हो जी चंगा ठीक है चल चल तुमने मोटा मोटा समान किया सी हाँ ठीक है छोटा है हाँ ठीक है आज बड़ी चीज है मूर्खाया तेन दिसदा नहीं गा आ जा टप्पिया हुंदे वाला मोटा मार लिया लगदा बाबा पूरा थोड़े तो बचाना सी ओए हैं डंडा सरगा ओए तो की करवाना सी गा ये तो की करवाना सी हैं ਮੋਟਾ ਮਾਲੀ ਦੇ ਆਇਆ ਬਈ ਮੈਂ ਇੱਕ ਮਹੀਨਾ ਲੰਘ ਗਿਆ ਆਪਣਾ ਕੀ ਇਹਦੇ ਨਾਲ ਮਹੀਨਾ ਲੰਘੂ ਕਹਿੰਦੇ ਨਾ ਦੱਸ ਸਾਰਾ 20 ਰੁਪਈਆਂ ਦਾ ਸਮਾਨ ਲਈ ਫਿਰਦਾ ਤੂੰ ਉਹ ਮੂਰਖਾ ਕੋਈ ਪੈਸਾ ਹੈ ਨਹੀਂ ਸੀ ਕੋਈ ਸੋਨਾ ਹੈ ਨਹੀਂ ਸੀ ਕੋਈ ਹੋਰ ਚੀਜ਼ ਹੈ ਨਹੀਂ ਸੀ ਇਹਨਾਂ ਦੇ ਘਰੇ ਆ ਚੱਕੀ ਫਿਰਦਾ ਲੋਹੇ ਲੱਕੜਾਂ ਦਾ ਸੇ ਕੀ ਕਰਾਉਣਾ ਤੂੰ ਸਾਰੀ ਉਮਰ ਲੰਘ ਜੂ ਉੱਠ ਬੁੱਢਾ ਹੋ ਜੂ ਉਹਨੂੰ ਮੂਤਰਾ ਨਾ ਆਊ ਤੇਰੀ ਉਹ ਗੱਲ ਹੈ ਵੀ ਤੂੰ ਬੁੱਢਾ ਹੋ ਜਾਏਗਾ ਤੈਨੂੰ ਚੋਰੀ ਕਰਨੀ ਨਾ ਆਊ ਤੇਰਾ ਢੂਕਣੇ ਚ ਹੁਣ ਇਹਨਾਂ ਨੂੰ ਤੈਨੂੰ ਮੈਂ ਚੰਗਾ ਭਲਾ ਸਮਝਾ ਕੇ ਭੇਜਾਂ ਮੋਟੇ ਦਾ ਮਤਲਬ ਹੁੰਦਾ ਵੀ ਭਾਰੀ ਜਿਹੀ ਪੈਸੇ ਹੋਣ ਜਿਹਦੇ ਚ ਪੈਸੇ ਤਾਂ ਸੀਗੇ ਉੱਥੇ ਹਾਂ ਤੇ ਫਿਰ ਲੈ ਆਇਆ ਨਹੀਂ ਤੂੰ ਨਿੱਕੇ ਸੀ ਤੂੰ ਕਿਉਂ ਵੱਡਾ ਤੇ ਮੋਟਾ ਸਮਾਨ ਚੱਕਣਾ ਸਮਝ ਗਏ ਹਾਂ ਸਮਝ ਗਏ ਬਈ ਐਤਕੀ ਨਾ ਬੇਇੱਜ਼ਤੀ ਕਰਾ ਦੇ ਤੂੰ ਪਰਵਾਹ ਹੀ ਨਾ ਕਰ ऐसे पार्टी ने तो तेन मारिया नहीं तू मेरा उस्ताद ना होंदा वो चेले का चेला ही रहना तू सारी ओ भाई यार दिमागी कमला बंदा यार चोरी करता वो पर्स करता सी मेरा पर्स दा करता यार भाई कोई नहीं तू माफ कर है दिमाग ते ना टेंशन आ ओदे थोड़ी जी बेचारे दी सिधरा बंदा है चल यार के छड़ देना गांव नु नहीं छड़ना नु मैं नहीं नहीं कोई चक्कर नहीं हां हां मेहरबानी भाई मेहरबानी चोरी करता सी बड़ा आ हुंदी है हाथ दी सफाई मानदा उस्ताद नु ऐन मौके ते फड़ लिया उने नहीं तां मैं तां करता सी काम करता सी जे मैं ना आंदा सवा करता सी तू तेरा वो करदा इंजन हैं कोई तां खाली आ ओए देख ली तेरे हाथ दी सफाई जे किसे चाले दी मेहनत करदे तां फ्री पे आ जांदा अगला ओए मेहनत केड़ा पहली वारी कीती है कोई चक्कर नहीं तेरा तां भाई पी हां
ਕੋਈ ਜਗ੍ਹਾ ਹੈਗੀ ਆ ਯਾਰ? ਜਗ੍ਹਾ ਜੁਗਾ ਦਾ ਕੋਈ ਚੱਕਰ ਨਹੀਂ, ਜਗ੍ਹਾ ਦਾ ਜੀ ਵੱਧ। ਹਾਂਜੀ ਪੈਸੇ ਪੂਰਿਆਂ ਦਾ ਵੱਧ ਕਰਾ ਦੇ, ਪੈਸੇ ਤਾਂ ਕਰਾ ਦਾਂਗੇ ਆਪਾਂ ਯਾਰ। ਹਾਂ ਜਗ੍ਹਾ ਦਾ ਫਿਰ ਵੱਧੂ। ਠੀਕ ਆ, ਸਾਡੇ ਹੁੰਦਿਆਂ ਹੋਰ ਕਿਵੇਂ ਕੋਈ ਪੈਸਾ ਕਮਾ ਜੂ? ਨਾਲੇ ਜਿਉਣਾ ਤਾਂ ਉਸਤਾਦ ਦਾ ਪੱਕਾ ਦੁਸ਼ਮਣ ਹੈ, ਮੈਂ ਲਾਉਂਦਾ ਉਸਤਾਦ ਨੂੰ। ਹੈਲੋ। ਹਾਂ ਹੈਲੋ। ਆ ਜਿਉਣਾ ਇੱਕ ਸੌਦਾ ਕਰੀ ਜਾਂਦਾ, ਕੋਈ ਟਾਵਰ ਲਾਉਣ ਵਾਲਾ ਬੰਦਾ ਖੜਾ ਉਹਦੇ ਕੋਲੇ। ਤੂੰ ਇੱਥੇ ਫਿਰ ਕੀ ਕਰਦਾ? ਪਾ ਦੇ ਸਕੀਮ। ਸਮਝ ਗਿਆ ਮੈਂ, ਮੈਂ ਵੀ ਆ ਗਿਆ ਬਸ। ਠੀਕ ਹੈ। ਮੋਬਾਈਲ ਦੇ ਵਿੱਚ ਨਾ ਹੂਟਰ ਲਾ, ਹੂਟਰ ਪੁਲਿਸ ਵਾਲਾ ਹੂਟਰ। ਓਏ ਮੈਨੂੰ ਲੱਗਦਾ ਪੁਲਿਸ ਆ ਗਈ ਪਿੰਡ 'ਚ, ਜਾਂ ਆਪਣਾ ਸਮਾਨ ਸਾਂਭ ਭੱਜ ਕੇ। ਬੰਦੇ ਯਾਰ ਗਲਤ ਲੱਗਦੇ ਆ ਇਹ, ਤੋ ਜਾਣ 'ਚ ਹੀ ਫਾਇਦਾ, ਦੋ ਨੰਬਰੀ ਬੰਦੇ ਆ, ਪੁਲਿਸ ਤੋਂ ਡਰਦੇ ਆ। ਆ ਜਾ ਬਾਈ, ਕਰਦੇ ਹਾਂ ਗੱਲ ਗੁੱਲ। ਨਹੀਂ ਨਹੀਂ ਬਾਈ, ਪਾਵਰ ਲੱਗੇ ਨਾ ਲੱਗੇ ਪੁਲਿਸ ਤੋਂ ਮੇਰੀ ਰੇਂਜ ਡਵਾ ਦੋਗੇ ਤੁਸੀਂ। ਕਿਉਂ ਉਸਤਾਦ ਉਸਤਾਦ ਹੀ ਹੁੰਦਾ, ਤੈਨੂੰ ਮੈਂ ਕਹੀ ਨਾ ਮੈਂ ਕੋਈ ਕਰਦਾ ਹੱਲ, ਹੁਣ ਉਹਨੂੰ ਘਿਰ ਕੇ ਆ ਜਾ ਭੱਜਿਆ। ਆ ਕਿੱਧਰੋਂ ਨਿਕਲੇ ਜਾਂਦੇ ਆ ਸਾਲਾ, ਇਹਨਾਂ ਦਾ ਲੱਗਦਾ ਮੈਨੂੰ ਬੱਜ ਕਰਕੇ ਇਹ। ਕੀ ਹਾਲ ਆ ਬਾਈ? ਠੀਕ ਆ ਜੀ। ਆ ਮੁੰਡੇ ਨੇ ਯਾਰ ਦੱਸਿਆ ਸੀ ਤੁਹਾਨੂੰ ਕੋਈ ਟਾਵਰ ਟੂਵਰ ਵਾਸਤੇ ਥਾਂ ਚਾਹੀਦਾ। ਹਾਂ ਚਾਹੀਦਾ ਬਾਈ, ਟਾਵਰ ਦਾ ਲਾਉਣਾ ਯਾਰ ਆਪਾਂ। ਯਾਰ ਥਾਂ ਤਾਂ ਆਪਣੇ ਕੋਲ ਵੀ ਬਾਈ ਬਹੁਤ ਜ਼ਿਆਦੇ ਆ। ਅੱਛਾ, ਤੇ ਪੈਸੇ ਪੂਸੇ ਮਿਲਣਗੇ? ਪੈਸੇ ਦਵਾ ਦਾਂਗੇ ਬਾਈ ਯਾਰ। ਠੀਕ ਆ, ਤੇ ਆਪਣਾ ਇੱਧਰ ਪਿੰਡ ਦੇ ਬਾਹਰ ਖੇਤ ਆ ਵਿਹਲਾ ਪਿਆ। ਚਲੋ ਜੀ ਵਿਖਾ ਦਿਓ ਮੈਨੂੰ ਫਿਰ। ਹਾਂ ਚਲੋ ਆ ਜਾਓ। ਚਲੋ ਜੀ। ਆਹਾ ਬਾਈ ਜੀ, ਆਪਣਾ ਥਾਂ ਇੰਨਾ ਸਾਰਾ। ਹਾਂਜੀ, ਜਿੱਥੇ ਜੀ ਕਰਦਾ ਜਿੰਨੇ ਜੀ ਕਰਦਾ ਟਾਵਰ ਲਾ ਲਓ। ਠੀਕ ਆ ਜੀ। ਤੇ ਮੈਨੂੰ ਮੁੰਡੇ ਨੇ ਦੱਸਿਆ ਤੁਸੀਂ ਤਾਂ ਮਲੰਗ ਬੰਦਿਆਂ ਪਿੱਛੇ ਫਿਰਦੇ ਸੀ ਯਾਰ। ਅੱਛਾ, ਮੰਜਾਂ ਆਂਡਾ ਉਹਨੂੰ ਤਾਂ ਥਾਂ ਨਹੀਂ ਉਹਨਾਂ ਵਾਸਤੇ ਹੈ, ਤੇ ਤੁਹਾਨੂੰ ਟਾਵਰ ਨੂੰ ਕਿੱਥੋਂ ਥਾਂ ਦੇ ਦਿੰਦੇ ਹੋ? ਮੈਨੂੰ ਯਾਰ ਬਾਈ ਬੰਦੇ ਦੋ ਨੰਬਰ ਹੀ ਲੱਗੇ ਉਹ ਯਾਰ। ਉਹ ਯਾਰ ਹੈ ਹੀ ਦੋ ਨੰਬਰ ਹੀ, ਪਿੰਡ 'ਚ ਪੁੱਛ ਕੇ ਵੇਖ ਲਓ ਕਿਸੇ ਨੂੰ ਮਰਜ਼ੀ। ਠੀਕ ਆ ਜੀ। ਹਾਂ ਤੇ ਬਾਈ ਜੀ ਫਿਰ ਪੈਸੇ ਪੂਸੇ ਕੋਈ? ਪੈਸੇ ਬਾਈ 10,000 ਰੁਪਇਆ ਅਸੀਂ ਐਡਵਾਂਸ ਦਿੰਦੇ ਹਾਂ ਤੁਹਾਨੂੰ। ਹਾਂਜੀ। ਤੇ ਦੂਜੇ ਅਸੀਂ 15 ਦਿਨਾਂ ਨੂੰ ਤੁਹਾਨੂੰ 1.5 ਲੱਖ ਰੁਪਇਆ ਦੇ ਦਾਂਗੇ। ਹਾਂਜੀ। ਤੇ ਆਪਦਾ ਕੰਮ ਚਲਾ ਲਾਂਗੇ। ਠੀਕ ਹੈ ਜੀ, ਭਾਂਜੀ ਜਿੰਨੇ ਮਰਜ਼ੀ ਟਾਵਰ ਲਾ ਲਓ ਸਾਨੂੰ ਕੋਈ ਚੱਕਰ ਨਹੀਂ ਗਾ। ਠੀਕ ਆ, ਚਲੋ ਠੀਕ ਆ ਬਾਈ ਜੀ। ਠੀਕ ਆ ਜੀ। ਹੈਲੋ ਆ ਜਾ। ਕਿਉਂ ਮੰਨਦਾ ਨਾ ਫਿਰ? ਪਿੰਡ ਦੀ ਪੈੜੀ ਆ, ਆਪੇ ਜੁੱਤੀ ਉਹ ਜੁੱਤੀ ਹੁੰਦਾ ਫਿਰ ਟਾਵਰ ਵਾਲਾ। ਹੁਣ ਕਿਵੇਂ ਕੀ ਕਰਨਾ ਪੈਸਿਆਂ ਦਾ ਉਸਤਾਦ? ਪੈਸਿਆਂ ਦਾ ਕੀ ਕਰਨਾ? ਆ ਫੜ 500 ਰੁਪਇਆ, ਤੂੰ ਲਿਆ ਬੋਤਲ। ਅੱਛਾ। ਤੇ ਮੈਂ ਸ਼ਹਿਰ ਉਹ ਲੈ ਕੇ ਆਉਣਾ 2-2.5 ਕਿਲੋ ਬੱਕਰਾ, ਜਿਹੜਾ ਆਪਾਂ 2-3 ਦਿਨ ਖਾਈ ਚੱਲਾਂਗੇ। ਹੈਂ? ਠੀਕ ਹੈ, ਆ ਗਿਆ ਮੈਂ। ਚੰਗਾ, ਪ੍ਰਬੰਧ ਕਰਕੇ ਰੱਖੀ। ਠੀਕ ਹੈ ਜੀ। ਕ੍ਰੈਡਿਟ ਕਾਰਡ ਦਾ ਬਿੱਲ, ਬਿਜਲੀ ਦਾ ਬਿੱਲ, ਪੈਸੇ ਦਾ ਜੁਗਾੜ, 100-200 ਹੋਣਾ ਨਹੀਂ ਗੱਡੀ ਚੱਲਣੀ, ਮੋਟਾ ਹੀ ਜੁਗਾੜ ਲਾਉਣਾ ਪਊਗਾ ਜੀ, ਕਰਨਾ ਨਹੀਂ। ਵਾਹ ਕਿਆ ਬਾਤਾਂ, ਇਹ ਬੂਟਾਂ ਦੀ ਕਮੀ ਮਾਰੀ, ਜੇ ਕਿਤੇ ਬੂਟ ਹੁੰਦੇ ਨਾ ਤਾਂ ਜਮਾ ਰੀਜਨਲ ਹੀ ਲੱਗਣਾ। ਚੱਲ ਫਿਰ ਵੀ ਅੱਕਾ ਦਾ ਮੂਰਖ ਤਾਂ ਪਸਾ ਹੀ ਲਵਾਂਗੇ। ਏ ਐਸ ਆਈ ਕਾਰਤੀਕ ਸਿੰਘ,
ਸ਼ਕਲੋਂ ਦਾ ਚੋਰ ਲੱਗਦਾ। 200-400 ਤਾਂ ਨਿਕਲੂਗਾ ਹੀ ਕੋਲੋਂ। ਆ ਖੜਾ ਪੁਲਿਸ ਵਾਲਾ, ਇਹਦੇ ਨਾਲ ਜਾਣ ਪਛਾਣ ਕੱਢ ਕੇ ਤੇ ਇਹਨੂੰ ਪਿੰਡ ਦੀ ਕੋਈ ਗੁੱਝੀ ਖਬਰ ਦੇ ਕੇ, ਨਾਲੇ ਤਾਂ ਇਹਦੋਂ ਪੈਸੇ ਲਵਾਂਗੇ, ਨਾਲੇ ਜਾਣ ਪਛਾਣ ਵਧਾਵਾਂਗੇ। ਰੁਕੋ, ਸਤਿ ਸ਼੍ਰੀ ਅਕਾਲ ਜਨਾਬ ਜੀ। ਸਤਿ ਸ਼੍ਰੀ ਅਕਾਲ, ਕਿੱਧਰੋਂ ਆਇਆ ਤੇ ਕਿੱਧਰ ਚੱਲੇ? ਆ ਨਾਲ ਦੇ ਪਿੰਡੋਂ ਆਇਆ ਜੀ, ਸ਼ਹਿਰ ਚੱਲਿਆ ਜੀ ਸੌਦਾ ਜਿਹਾ ਲੈਣ, ਕੋਈ ਪਤਾ ਸੌਦਾ। ਠੀਕ ਆ। ਤੇ ਸਾਡੇ ਪਿੰਡ ਜੀ, ਮੈਂ ਤੁਹਾਨੂੰ ਇੱਕ ਗੁੱਝੀ ਖਬਰ ਦੇਣੀ ਆ। ਸਾਡੇ ਪਿੰਡ ਭੁੱਖੀ, ਚਿੱਟਾ, ਦੇਸੀ ਦਾਰੂ ਡਰਾਮਾਂ ਦੇ ਡਰੰਮ ਪਈ ਆ ਜਨਾਬ, ਤੁਸੀਂ ਫੜਨ ਵਾਲੇ ਬਣੋ ਤੇ ਨਾਲੇ ਮਾੜਾ ਜਾ ਰਿਸ਼ਵਤ ਮੰਗਦਾ ਏ। ਨਹੀਂ ਜਨਾਬ, ਮੈਂ ਤਾਂ ਆਪਣੀ ਜਾਣ ਪਛਾਣ ਵਧਾ ਰਿਹਾ ਸੀ ਜੀ। ਸ਼ਕਲੋਂ ਦਾ ਚੋਰ ਲੱਗਦਾ, ਜਾਣ ਪਛਾਣ ਵਧਾਉਣ ਨੂੰ। ਮੈਂ ਕਿੱਥੇ ਚੋਰ ਆ ਜੀ? ਠੀਕ ਆ ਜਨਾਬ। ਜਨਾਬ ਪੈਸੇ? ਠੀਕ ਆ ਜਨਾਬ। ਇੱਕ ਮਿੰਟ। ਨਹੀਂ ਜਨਾਬ, 507 ਨੰਬਰ, 6 ਨੰਬਰ ਮੈਨੂੰ ਤਾਂ 200-400 ਹੋਊਗਾ, ਇਹ ਤਾਂ ਵਾਹਵਾ ਹੀ ਪੈਸੇ ਲਈ ਫਿਰਦਾ ਜੀ। ਤੁਸੀਂ ਵੀ ਚੋਰ ਜਾਈ, ਚੱਲ ਇਹ ਵੀ 2 ਨੰਬਰ ਦੀ ਲਿਆ ਹੋਣਾ, ਆਪਾਂ ਨੂੰ ਦਿਹਾੜੀ ਬਣ ਗਈ। ਹੁਣ ਚੱਲਦੇ ਹਾਂ, ਐਵੇਂ ਆਏ ਨਾ ਹੋ ਜੇ ਅਤੇ ਆਪਾਂ ਉਦੋਂ ਲਏ ਆ ਖੋਏ ਆ ਅਤੇ ਕੋਈ ਆਪਾਂ ਨੂੰ ਖੋ ਕੇ ਲਈ। ਫੜ ਲਓ ਬਿੱਲੀ ਦੀ ਪੂਛ, ਖਾ ਲਓ ਬੋਕ, ਐਡੀ ਮਾੜੀ ਨਹੀਂ ਤੇਰਾ ਨਿਕੰਮਾ ਮੇਰਾ ਚੇਲਾ ਨਾ, ਭੰਗ ਦੇ ਭਾਣੇ ਗਿਆ, ਜਿਵੇਂ 10,000 ਆਇਆ ਸੀ ਖੂਹ 'ਚ ਹੀ ਗਿਆ। ਖਾ ਲਓ ਉਹੀ। ਲੈ ਵੀ ਧੀਰੇ ਨੇ ਆਪਣਾ ਕੰਮ ਬਹੁਤ ਖਰਾਬ ਕੀਤਾ, ਆਪਾਂ ਕਰਦੇ ਹਾਂ ਐਕਟਿੰਗ ਮਾਰਨ ਦੀ ਅਤੇ ਆਊਗਾ ਲਾਜ਼ਮੀ ਵੱਜ ਕਰਨ ਉਹ, ਤੇ ਆਪਾਂ ਅੱਜ ਫਿਰ ਜਾਣ ਨਹੀਂ ਦੇਣਾ ਉਹਨੂੰ, ਬਾਹਰ ਕੱਢਣੀ ਆ ਉਹਦੀ। ਲਾਜ਼ਮੀ ਕੱਢਾਂਗੇ ਨਹੀਂ, ਕੱਢਾਂਗੇ ਗੱਲ ਕਿਹੜੀ ਆ। ਹੌਲੀ ਕਿਵੇਂ ਹਰਫ ਲਿਆ ਜਾ ਫਿਰਦਾ ਹੈ ਉਸਤਾਦ ਜੀ? ਤੁਹਾਨੂੰ ਪਤਾ ਹੈ ਹਾਂ ਉਹ ਆਪਣਾ ਦੁਸ਼ਮਣ ਹੈ ਨਾ। ਜਿਉਣਾ? ਹਾਂ ਉਹ ਚੱਲ ਗਿਆ। ਕਿੱਥੇ ਚੱਲ ਗਿਆ? ਓਏ ਉੱਪਰ ਚੱਲ ਗਿਆ, ਉਹ ਮਰ ਗਿਆ। ਹਾਂ ਓਏ, ਤਾਂ ਫਿਰ ਖੁਸ਼ੀ ਦੀ ਗੱਲ ਹੈ। ਚਲੋ ਆਪਾਂ ਜਾਂਦੀ ਵਾਰ ਤਾਂ ਮੂੰਹ ਦੇਖਿਆ ਕਿ ਮੂੰਹ ਨਹੀਂ ਵੇਖਣਾ, ਕੱਲਾ ਨਾਲ ਰਕਮਾਂ ਵੀ ਲੈ ਕੇ ਆਉਣੀਆਂ। ਚੱਲ ਆਹ ਬੜੀ ਖੁਸ਼ੀ ਦੀ ਗੱਲ ਲੱਗੀ ਆ। ਕੱਲ ਮੈਂ ਇਹਦੇ ਕੋਲ ਦੀ ਚੰਗਾ ਭਲਾ ਨਾ ਕੇ ਗਿਆ, ਕੀ ਹੋ ਗਿਆ ਯਾਰ ਇਹਨੂੰ? ਯਾਰ ਬਾਈ ਰਾਤ ਹੀ ਕੁ ਹੋ ਗਿਆ, ਪਤਾ ਨਹੀਂ ਲੱਗਾ ਕੁਛ। ਬਹੁਤ ਮਾੜੀ ਗੱਲ ਹੋਈ। ਹੋਰ ਬਾਈ ਬਹੁਤ ਮਾੜੀ ਗੱਲ। ਚਲੋ ਇੱਕ ਦਿਨ ਜਾਣਾ ਹੀ ਆ ਬੰਦੇ ਨੇ ਦੁਨੀਆ ਤੋਂ। ਸਹੀ ਗੱਲ। ਅਤੇ ਹੁਣ ਫਿਰ ਇਹਦਾ ਕੋਈ ਹੱਲ ਕਰਨਾ ਪਊ ਵਿਚਾਰੇ ਦਾ। ਰੁਕ ਜਾਓ, ਐਂ ਕਿਵੇਂ ਕੁਝ ਕਰ ਦਿਓਗੇ? ਇਹ ਤੋਂ ਮੈਂ ਰੁਪਈਆ 2,00,000 ਲੈਣਾ, ਜਾਂ ਤਾਂ ਮੇਰਾ ਰੁਪਈਆ 2,00,000 ਦੇ ਦਿਓ ਤੇ ਨਹੀਂ ਘਰ ਛੱਡ ਕੇ ਤੇ ਪਿੱਤਰ ਹੋ ਜਾਓ, ਇੱਥੋਂ ਮੇਰਾ ਕਬਜ਼ਾ ਹੈ। ਸਿੱਧੀ ਤੁਹਾਨੂੰ ਮੈਂ ਗੱਲ ਦੱਸਦਿਆਂ, ਗੱਲਾਂ ਕਰਦੇ ਫਿਰ ਤੁਹਾਨੂੰ ਪਤਾ ਹੀ ਸੀਗਾ ਮੈਂ ਮਰਿਆ ਨਹੀਂ ਸੀ, ਮੈਂ ਐਕਟਿੰਗ ਹੀ ਕਰਦਾ ਸੀ। ਮੈਂ ਦੇਖਦਾ ਸੀ ਧੀਰਿਆ ਤੂੰ ਤੰਗ ਬਹੁਤ ਕੀਤਾ ਸਾਨੂੰ, ਕਿਤੇ ਸਾਡਾ ਟਾਵਰ ਵਾਲਾ ਕੰਮ ਕਰਤਾ ਕੰਮ, ਕਿਤੇ ਕੁਛ ਕਰਦਾ। ਆ ਜਾਓ ਫੜ ਲਓ ਇਹਨੂੰ।